हेलो एवरीवन, वेलकम बैक टू माय चैनल। सत श्री अकाल जी सारिआं नूं, किवें हो तुसी सारे? गुड मॉर्निंग। सवेर दा टाइम आ, ब्रेकफास्ट बना रही हाँ ਅਤੇ ਅੱਜ ਹੈਲਦੀ ਵਾਲਾ ਬ੍ਰੇਕਫਾਸਟ ਕਰਾਂਗੀ ਮੈਂ। ਵੈਸੇ ਮੈਂ ਜ਼ਿਆਦਾਤਰ ਹੈਲਦੀ, ਮੈਨੂੰ ਉਹੀ ਟੇਸਟਲੈਸ ਲੱਗਦਾ ਆ, ਪਰ ਕਦੇ ਕਦੇ ਚਲੋ ਕਰ ਲੈਂਦੀ ਹੁੰਦੀ ਹਾਂ। ਅਤੇ ਇਹ ਮੈਂ ਕੌਨਫਲੈਕਸ ਖਾਣ ਵਾਲੀ ਹਾਂ, ਉੱਪਰ ਸ਼ਹਿਦ ਪਾ ਰਹੀ ਹਾਂ, ਵਿੱਚ ਥੋੜ੍ਹੀ ਜਿਹੀ ਮਿਊਜ਼ਲੀ ਪਾਈ ਹੋਈ ਆ, ਅਤੇ ਬਸ ਉੱਪਰ ਦੁੱਧ ਪਾਵਾਂਗੇ ਅਤੇ ਉਸ ਤੋਂ ਬਾਅਦ ਖਾਵਾਂਗੇ। ਓਟਸ ਨਾਲੋਂ ਕੌਨਫਲੈਕਸ ਮੈਂ ਕਦੇ ਕਦੇ ਖਾ ਲੈਂਦੀ ਹਾਂ। ਓਟਸ ਮੈਂ ਕਦੇ ਵੀ ਨਹੀਂ ਖਾਧੇ, ਬਿਲਕੁਲ ਵੀ ਨਹੀਂ ਖਾਧੇ। ਉਹ ਮੈਨੂੰ ਪਤਾ ਨਹੀਂ ਟੇਸਟ ਚੰਗਾ ਨਹੀਂ ਲੱਗਦਾ, ਇਹ ਮੇਰੀ ਚੋਇਸ ਆ। ਜਦੋਂ ਦੁੱਧ ਪਾਈਦਾ ਉਹਨਾਂ ਵਿੱਚ ਬਣਾਈਦਾ ਆ, ਤਾਂ ਮੈਨੂੰ ਇੰਝ ਲੱਗਦਾ ਜਿਵੇਂ ਲੇਸ ਲੇ ਜਿਹੇ ਹੋ ਗਏ ਹੁੰਦੇ ਆ, ਤਾਂ ਮੇਰੇ ਕੋਲ ਨਹੀਂ ਖਾਧੇ ਜਾਂਦੇ। ਅਤੇ ਕੌਨਫਲੈਕਸ ਕਦੇ ਕਦੇ ਲੈ ਲੈਂਦੀ ਹੁੰਦੀ ਹਾਂ ਮੈਂ। ਕੰਮ ਮੈਂ ਕਰ ਲਿਆ ਆ ਥੋੜ੍ਹਾ ਬਹੁਤ, ਮਤਲਬ ਸਫਾਈਆਂ ਵਗੈਰਾ ਸਾਰੀਆਂ ਕਰ ਲਈਆਂ, ਕੱਪੜੇ ਧੋ ਵੀ ਲਏ ਆ। ਅਤੇ ਐਕਚੁਅਲੀ ਨਾ ਮੈਂ ਸਵੇਰੇ ਹੀ ਕੱਪੜੇ ਪਾ ਦਿੰਦੀ ਹੁੰਦੀ ਹਾਂ ਮਸ਼ੀਨ 'ਚ ਅਤੇ ਔਨ ਕਰ ਦਿੰਦੀ ਹੁੰਦੀ ਹਾਂ, ਅਤੇ ਪਰ ਜਦੋਂ ਨਾ ਕੀ ਕਹਿੰਦੇ ਹੁੰਦੇ ਧੁੱਪ ਸਾਰੇ ਗਏ ਸੀਗੇ, ਅਤੇ ਬਸ ਜਿਹੜੇ ਸੁਕਾਉਣ ਵਾਲੇ ਰਹਿ ਗਏ ਸੀ, ਅਤੇ ਲਾਈਟ ਜਿਹੜੀ ਔਫ ਹੋ ਗਈ, ਅਤੇ ਸਵੇਰ ਦੀ ਹੀ ਔਫ ਆ, ਇਸ ਕਰਕੇ ਜਿਹੜੇ ਆ ਉਹ ਕੱਪੜੇ ਸੁਕਾਉਣ ਵਾਲੇ ਪਏ ਹੋਏ ਨੇ, ਮਤਲਬ ਮਸ਼ੀਨ 'ਚ ਹੀ ਨੇ ਅਜੇ। ਅਤੇ ਬਾਕੀ ਸਾਰਾ ਸਫਾਈ ਵਗੈਰਾ ਦਾ ਕੰਮ ਮੈਂ ਕਰ ਲਿਆ ਸੀ, ਅਤੇ ਨਹਾ ਕੇ ਹਟੀ ਹਾਂ ਹੁਣੇ। ਨਹਾਈ ਵੀ ਅੱਜ ਠੰਡੇ ਪਾਣੀ ਨਾਲ, ਲਾਈਟ ਨਹੀਂ ਸੀ ਆ ਰਹੀ, ਅਤੇ ਮੈਂ ਸੋਚਿਆ ਕਿ ਗੈਸ 'ਤੇ ਵੀ ਕਿੰਨਾ ਕੁ ਗਰਮ ਕਰੀਏ, ਉਹਨੇ ਚਿਰ ਨੂੰ ਜਿੰਨੇ ਚਿਰ ਨੂੰ ਨਾਲੇ ਗਰਮ ਹੋਣਾ, ਉਹਨੇ ਚਿਰ ਨੂੰ ਨਹਾ ਵੀ ਲੈਣਾ ਆ। ਅਤੇ ਫਿਰ ਮੈਂ ਨਹਾ ਕੇ ਅਤੇ ਹੁਣ ਬੈਠੀ ਹੋਈ ਹਾਂ, ਅਤੇ ਨਵਾਬ ਨੂੰ ਲੈ ਕੇ ਆਉਣ ਵਿੱਚ ਅਜੇ ਹੈਗਾ ਆ ਅੱਧਾ ਪੌਣਾ ਘੰਟਾ। ਅਤੇ ਨਵਾਬ ਦੇ ਪਾਪਾ ਵੀ ਘਰੇ ਸੀਗੇ ਅੱਜ, ਅਤੇ ਉਹਨਾਂ ਦੀ ਜਿਹੜੀ ਟੀਮ ਆ ਉਹ ਬਾਹਰੋਂ ਆਈ ਹੋਈ ਆ ਖੇਡਣ ਵਾਸਤੇ, ਅਤੇ ਉਹਨਾਂ ਨੂੰ ਨਾਲ ਲੈ ਕੇ ਅਤੇ ਨਾਢਾ ਸਾਹਿਬ ਗੁਰਦੁਆਰੇ ਚੱਲੇ ਸੀਗੇ। ਸਾਨੂੰ ਵੀ ਕਹਿ ਰਹੇ ਸੀ ਨਾਲ ਚੱਲੋ, ਅਤੇ ਪਰ ਮੈਂ ਗਈ ਨਹੀਂ ਆ। ਮੈਂ ਕਿਹਾ ਕਿ ਮਤਲਬ ਤੁਸੀਂ ਸਾਰੇ ਜੈਂਟਸ ਹੋਣੇ ਆ, ਅਤੇ ਵਿੱਚ ਅਸੀਂ, ਮੈਂ ਇਕੱਲੀ ਕੀ ਕਰੂੰਗੀ, ਮੈਂ ਅਤੇ ਨਵਾਬ, ਅਤੇ ਇਸ ਕਰਕੇ ਤੁਸੀਂ ਹੋ ਆਓ ਉਹਨਾਂ ਦੇ ਨਾਲ। ਅਤੇ ਉਹ ਹੁਣੇ ਹੀ ਗਏ ਨੇ, ਅਜੇ ਤਿਆਰ ਹੋ ਕੇ ਨਹਾ ਧੋ ਕੇ ਉਹ ਵੀ, ਅਤੇ ਉਹ ਵੀ ਠੰਡੇ ਪਾਣੀ ਨਾਲ ਹੀ ਨਹਾ ਕੇ ਗਏ ਆ, ਅਤੇ ਜਾ ਚੁੱਕੇ ਨੇ ਉਹ। ਅਤੇ ਮੈਂ ਬਸ ਸੋਚਿਆ ਕਿ ਉਹਨਾਂ ਚਿਰ ਮੈਂ ਫ੍ਰੀ ਹਾਂ, ਅਤੇ ਵੀਡੀਓ ਹੀ ਜਿਹੜੀ ਆ ਉਹ ਐਡਿਟ ਕਰ ਲੈਂਦੀ ਹਾਂ। ਅਤੇ ਵੈਸੇ ਲਾਈਟ ਤਾਂ ਨਹੀਂ ਆ, ਵਾਈਫਾਈ ਦੇ ਬਗੈਰ ਕੋਈ ਕੰਮ ਵੀ ਨਹੀਂ ਹੋਣਾ, ਅਤੇ ਇਸੇ ਕਰਕੇ ਵਿੱਚ ਜਦੋਂ ਮੇਰੇ ਪਿੱਛੇ ਵੀਡੀਓਜ਼ ਦੇ ਵਿੱਚ 4-5 ਦਿਨ ਦਾ ਗੈਪ ਆਇਆ ਸੀ, ਉਹ ਇਸੇ ਕਰਕੇ ਕਿ ਜਦੋਂ ਅਸੀਂ ਪਿੰਡ ਗਏ ਹੋਏ ਸੀ 4-5 ਦਿਨ ਵਾਸਤੇ, ਉਦੋਂ ਮੈਂ ਕੋਈ ਵੀਡੀਓ ਅਪਲੋਡ ਨਹੀਂ ਕੀਤੀ, ਭਾਵੇਂ ਕਿ ਫੋਨ ਵਿੱਚ ਰੀਚਾਰਜ ਹੈਗਾ ਸੀ, ਪਰ ਓਨਾ ਡੇਟਾ ਜਿਹੜਾ ਵਾ ਉਹ ਸਫੀਸ਼ੀਐਂਟ ਨਹੀਂ ਹੁੰਦਾ। ਜੇ ਆਪਾਂ ਇੱਕ ਮਤਲਬ ਐਚ ਡੀ ਹਾਈ ਡੈਫੀਨੇਸ਼ਨ ਦੇ ਵਿੱਚ ਜਿਹੜਾ ਵਾ ਉਹ ਆਪਾਂ ਵੀਡੀਓ ਅਪਲੋਡ ਕਰਨੀ ਹੁੰਦੀ ਆ, ਅਤੇ ਉਹਦੇ ਵਾਸਤੇ ਥੋੜ੍ਹਾ ਜਿਹਾ ਜ਼ਿਆਦਾ ਵਾਈਫਾਈ ਨਾਲ ਹੀ ਜਿਹੜਾ ਵਾ ਉਹ ਵਧੀਆ ਰਹਿੰਦਾ ਆ, ਨਹੀਂ ਤਾਂ ਫਿਰ ਜਦੋਂ ਵਿੱਚੇ ਅਟਕ ਜੇ ਵੀਡੀਓ ਫਿਰ ਐਰਰ ਆ ਜਾਂਦਾ ਆ, ਅਤੇ ਉਹ ਕਾਫੀ ਜ਼ਿਆਦਾ ਕੰਮ ਵੱਧ ਜਾਂਦਾ ਆ। ਅਤੇ ਵੈਸੇ ਵੀ ਮੈਂ ਜਿਹੜੀ ਵੀਡੀਓ ਆ ਉਹ ਯੂਟਿਊਬ ਐਪ ਤੋਂ ਨਹੀਂ ਅਪਲੋਡ ਕਰਦੀ ਹੁੰਦੀ, ਮੈਂ ਕਰੋਮ ਤੋਂ ਕਰਦੀ ਹੁੰਦੀ ਹਾਂ, ਜਿਹੜਾ ਵਾ ਉਹਦੇ ਨਾਲ ਜ਼ਿਆਦਾ ਵਧੀਆ ਜਿਹੜਾ ਵਾ ਉਹ ਵਧੀਆ ਅਪਲੋਡ ਹੁੰਦੀ ਆ, ਅਤੇ ਹੋਰ ਵੀ ਫੀਚਰਸ ਜ਼ਿਆਦਾ ਜਿਹੜੇ ਹੁੰਦੇ ਆ ਉਹ ਕਰੋਮ ਵਿੱਚ ਹੀ ਮਿਲਦੇ ਆਪਾਂ ਨੂੰ। ਅਤੇ ਵੇਖਦੀ ਹਾਂ ਜੇ ਮੇਰੇ ਕੋਲ ਐਡਿਟ ਵੀ ਵੈਸੇ ਤਾਂ ਉਹਦੇ ਨਾਲ ਹੀ ਹੋਣੀ ਆ, ਵਾਈਫਾਈ ਨਾਲ ਹੀ ਵਧੀਆ, ਜਿੰਨਾ ਕੁ ਮੇਰੇ ਫੋਨ 'ਚ ਡੇਟਾ ਹੈਗਾ ਆ ਫੋਨ ਵਿੱਚ, ਐਡਿਟ ਕਰਕੇ ਵੇਖਦੀ ਹਾਂ, ਨਹੀਂ ਤਾਂ ਫਿਰ ਥੰਬਨੇਲ ਵਗੈਰਾ ਬਣਾ ਲਾਂਗੀ, ਅਤੇ ਥੋੜ੍ਹਾ ਬਹੁਤਾ ਕੰਮ ਤਾਂ ਮਤਲਬ ਮੈਂ ਕੱਢੂੰਗੀ ਹੀ ਜਿੰਨਾ ਟਾਈਮ ਮੈਂ ਫ੍ਰੀ ਹਾਂ। ਉਸ ਤੋਂ ਬਾਅਦ ਜੇ ਨਵਾਬ ਆ ਗਿਆ ਫਿਰ ਮੈਂ ਨਵਾਬ ਨਾਲ ਬਿਜ਼ੀ ਹੋ ਜਾਣਾ ਆ। ਅਤੇ ਬਸ ਇਹੀ ਸੀ ਸਾਰਾ ਕੰਮ ਕਾਰ ਮੇਰਾ। ਮੈਗੀ ਬਣਾਉਣ, ਅਤੇ ਨਵਾਬ ਮੈਨੂੰ ਕਹਿੰਦਾ ਵਾ ਮੰਮਾ ਮੈਗੀ ਬਣਾਓ, ਅਤੇ ਮੈਂ ਲੱਗੀ ਬਣਾਉਣ, ਅਤੇ ਨਵਾਬ ਪਲੇਟ ਲੈ ਕੇ ਪਹਿਲਾਂ ਰੈਡੀ ਆ। ਚਲੋ ਕਿੱਦਾਂ ਬਣਾਈ ਦੀ ਵੇਖਿਓ ਨਵਾਬ ਰੈਸਿਪੀ, ਸੁਣੋ ਨਵਾਬ ਕੋ ਕਿੱਦਾਂ ਕਿੱਦਾਂ ਬਣਾਉਣੀ ਹੈ, ਕੀ ਪਾਉਣਾ ਵਿੱਚ, ਪਹਿਲਾਂ ਕੀ ਪਾਵਾਂ? ਪਹਿਲਾਂ ਪਾਇਓ ਪਾਣੀ, ਠੀਕ ਆ, ਫਿਰ ਪਾਇਓ ਦੁੱਧ, ਫਿਰ ਪਾਇਓ ਗਰਮ, ਗਰਮ ਕੀ, ਫਿਰ ਪਾਇਓ ਗਰਮ ਪਾਣੀ, ਠੀਕ ਆ, ਫਿਰ ਮਸਾਲਾ, ਫਿਰ ਇੱਥੇ ਖਲੋ ਕੇ ਦੱਸੋ, ਇੱਕ ਥਾਂ ਤੇ ਖਲੋ ਜਾਓ ਨਾ। ਹਾਂ ਹੁਣ ਦੱਸੋ, ਪਹਿਲਾਂ ਪਾਣੀ, ਪਹਿਲਾਂ ਗਰਮ ਪਾਣੀ, ਫਿਰ ਮਸਾਲਾ, ਫਿਰ ਪਾਉਣਾ ਉੱਤੇ ਆਟਾ, ਆਟਾ ਉਹ ਕੀ ਬਣ ਜਾਣਾ, ਫਿਰ ਪਾ ਦੂਗਾ ਉਹ ਪਾਸਤਾ, ਪਾਸਤਾ ਬਣਾਉਣ ਤੇ ਆਪਾਂ ਮੈਗੀ ਲੱਗੇ ਹਾਂ। ਨਵਾਬ ਪਹਿਲਾਂ ਵੀ ਮੈਨੂੰ ਦੱਸਣ ਡਿਆ, ਉਹ ਤਾਂ ਮੈਂ ਰਿਕਾਰਡ ਨਹੀਂ ਕੀਤਾ, ਮੈਨੂੰ ਕਹਿੰਦਾ ਮੰਮਾ ਮੈਗੀ ਬਣਾਓ, ਮੈਂ ਅਜੇ ਕੜਾਹੀ ਉੱਪਰ ਰੱਖੀ, ਅਤੇ ਮੈਨੂੰ ਕਹਿੰਦਾ ਵਾ ਵੀ ਵਿੱਚ ਪਾਓ ਮੰਮਾ ਤੇਲ ਪਾਓ, ਮੈਂ ਕਿਹਾ ਅੱਛਾ ਹੋਰ ਕੀ ਪਾਵਾਂ, ਫਿਰ ਕਹਿੰਦਾ ਵਿੱਚ ਤੁਸੀਂ ਨਾ ਮਸਾਲਾ ਪਾ ਦਿਓ,
मैं कहा ठीक है फिर की पावा, फिर वेच तुही दूध पा दो ते वेच तुही शक्कर पा दो जो मर्जी। मैं कहा एक ही बन गया। ताइयो मैं बाद च फिर मैं रुक जा, मैं थोड़ा जा वीडियो बना ला, फिर दस दोबारा की बनाउणा ते वेख लो जो मर्जी बोली जांदा। रख दो बन लैन दो, कढ़ाई च पानी उबल रहा। मैं सिंपल ही बनाउनी हुंदी आ, तड़के तो बगैर बनाउण वाली आ, सिंपल ही बॉयल्ड कह लो इहनू, ते इदां बना के खानी आ। सॉस पा लैनी आ बस, ते जो नाल मसाला आउंदा उहदे विच मैगी बस, क्योंकि सारा कुछ मैं पा ते लवां, प्याज जो भी आ, पर नवाब ने नहीं ना खाना इहनू, ते माड़ा जिहा प्याज आ जाए चाहे पास्ता होए चाहे कुछ भी, इहने प्लेन ही खाना आ। ते फिर मैं इस करके कुछ भी नहीं पाउणा विच, जस्ट नमक मसाला मैगी ते सॉस पाउणी बस। की रख्या वा, की रख्या सी? ना 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 आ किया। नवाब नु पेपा पिग तां मैं दस्या बहुत पसंद आ, तेरे आ चम्मच आ पेपा पिग वाले, जिदे विचों पेपा कढ के रखा आ बाहर, मतलब दो फोक आ ते दो दूजे स्पून आ, ते ओ वेखो प्लेट उत्थे पहला ही रखा आ, ते अपने ब्लॉक्स वगैरह इन्हें सारे खिलारे हुए आ। असीं खा रहे ने मैगी। यस, स्पून विखाओ अपना कि चले तुम चले असि तो लागे वाले मॉल चले हाँ, जो पिछले कई नहीं पिछली बार अस थोड़ी जी शॉपिंग की कूपन मिले एक्सपायर हो जाने दो तीन दिन तक, सोचा चलो वेख आने जो कुछ नवाब का ही मिल जाता है उस डिस्काउंट यूज कर लेने। 6 बजे हूं शाम 6 बजे का टाइम है, नवाब दा हुणे आए सी ते सानू इन्हां कॉल करती सी कि रेडी हो जाओ, रेडी की हूं आप कैजुअली हाँ जिदा घरे रही उदा ही तुर पे हाँ, क्योंकि लागे ही मॉल इतने 5 मिनट की दूरी ते ही साढ़े तो। मैं पिछले ब्लॉग्स विच भी दिखाया सी, उत्थे ही चले आपा, ते बेस्ट एक मॉल आ जिहड़ा उत्थे ही जा रहे हैं असी, ते लाइट अजे तक नहीं आई, सवेर दी 6 बज गए आ, सवेर दे 9 बजे दी हुई है, पता नहीं की फॉल्ट आ, ते वैसे भी की करना ही घरे, ते सोचा चलो वो आने आ टाइम नु जिहड़ा वा यूज च लै आने आ। नवाब कित्थे चले पुत्त? नवाब तो पहला ही रेडी रहिंदा है, कहिंदा चलो चलिए मॉल फ्राइज खान जाना है। नवाब की शॉपिंग हो गई है स्टार्ट, तो नवाब ला ला के वेख रहा है अपने आप नूं, ते नवाब ने इदा ही करना हुंदा आ, सारे कपड़े मैं मैनू आ पसंद आ, मैनू आ सोहना लगता पिया आ, ते इदा उतार उतार के बस इन्हें वेखी जाने हुंदे आ कलर्स, ते बस नवाब की आपां शॉपिंग की इत्थों, ते नवाब के कपड़े लैके, ते उस तो बाद असीं आ गए सी बाहर मार्केट दे विच, ते जिथे नवाब ने आउंदिया ही जिहड़ा वा इत्थे ग्रोसरी शॉप च आ जाना हुंदा आ, ते कहना मैं चॉकलेट्स लैने आ, मैं लॉलीपॉप लैने आ, ते अपना काम इन्हें करता आ स्टार्ट, ते असीं खा रहे हां उस तो बाद मोमो, ते बहुत टेस्टी लगते आ, लोकल मार्केट विच ही आए हां, बहुत सारे स्ट्रीट फूड स्टॉल हुंदे आ इत्थे, ते काफ़ी क्राउड भी हुंदा आ, तुसीं देख ही सकदे हो, ते बस आपां जिहड़ा इत्थे आए हुए हां, ते नवाब भी मोमो पसंद करदा आ, इन्हें बस वो आउटर लेयर जी खानी होंगी है, बाकी जो भी फीलिंग आने कहना भी सारी काट दो, तो इधर बन रहे आए मूंग दाल दे राम लड्डू कहते हैं इन्हों। नवाब ने दसता आपे ते सारा कुछ कर दा ना, मेनू आ भी लै दो आ भी लै दो। अभी घर वापस आ गए हैं, तो लाइट अजे तक नहीं आई, अज हैगी 16 तरीक,
ਤੇ ਪਤਾ ਨਹੀਂ ਵਲੌਗ ਜਿਹੜਾ ਉਹ ਐਡਿਟ ਤੇ ਕਰ ਲਿਆ ਸੀ ਮੈਂ ਥੋੜਾ ਬਹੁਤਾ, ਤੇ ਪੋਸਟ ਪਤਾ ਨਹੀਂ ਹੋਣਾ ਹੈ ਕਿ ਨਹੀਂ। ਵੈਸੇ ਮੈਂ ਚਾਹੁੰਦੀ ਤੇ ਇਹੋ ਹੀ ਆ ਕਿ ਕੋਈ ਵੀ ਨਾਗਾ ਨਾ ਪਵੇ, ਤੇ ਵੇਖੋ ਕੀ ਹੁੰਦਾ ਆ, ਵੇਖਾਂਗੇ 16 ਤਰੀਕ ਤੇ ਵਲੌਗ ਆਉਂਦਾ ਆ ਕਿ ਨਹੀਂ। ਇਹ ਵਲੌਗ ਜਿਹੜਾ ਮੈਂ ਬਣਾ ਰਹੀ ਹਾਂ ਇਹ 3-4 ਦਿਨ ਬਾਅਦ ਵਿੱਚ ਪੋਸਟ ਹੋਊਗਾ। ਅਤੇ ਬਸ ਅਸੀਂ ਘਰੇ ਵਾਪਸ ਆ ਗਏ ਹਾਂ, ਹੁਣ ਡਿਨਰ ਕਰਾਂਗੇ ਥੋੜ੍ਹਾ ਬਹੁਤਾ ਜਿੰਨੇ ਵੀ ਭੁੱਖ ਆ, ਅਤੇ ਮੈਂ ਸੋਚਿਆ ਵਲੌਗ ਦਾ ਐਡ ਕਰਦਾ। ਅਤੇ ਬਸ ਮੇਰੇ ਨਾਲ ਬਣੇ ਰਹੋ। ਜੇ ਵਲੌਗ ਚੰਗਾ ਲੱਗਾ ਆ ਤਾਂ ਲਾਈਕ ਕਰ ਦਿਓ, ਦੂਜਿਆਂ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਇੰਸਟਾਗ੍ਰਾਮ 'ਤੇ ਵੀ ਸਾਨੂੰ ਫੋਲੋ ਕਰ ਲਓ ਸੇਮ ਨਾਮ 'ਤੇ। ਇੰਸਟਾਗ੍ਰਾਮ 'ਤੇ ਵੀ ਪੇਜ ਆ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਿਵੇਂ ਦਾ ਲੱਗਦਾ ਹੈ ਵਲੌਗ। ਥੈਂਕ ਯੂ ਸੋ ਮੱਚ।